मेरी मौत ते ना रोयो, मेरी सोच नू बचायो, अपने अखा दे रो नू अजवाच ना पायो। बस गूर सरिकड़े दा आहा दस एक काफी लगू बेशक ना लायो। ये तेनी वाला की लगना ओए तेरे पिता रोगा मेरे पोते दे लगार बहुत सपना बने आया बहुत बाल्टी तो देख ली ਇਹ ਤਸਵੀਰਾਂ ਜਲੰਧਰ ਦੇ ਪਿੰਡ ਭੱਦੀ ਜਗੀਰ ਦੀਆਂ ਨੇ ਜਿੱਥੇ ਪਿੰਡ 'ਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਖਬਰ ਮਿਲੀ ਕਿ ਤਿੰਨ ਜਵਾਨ ਭੈਣਾਂ ਦੇ ਇਕਲੌਤੇ ਭਰਾ ਡਾਕਟਰ ਵਿਕਾਸ ਲਾਖਾ ਦੀ ਦਿੱਲੀ 'ਚ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਗਈ। ਪਰਿਵਾਰ ਮੁਤਾਬਕ ਡਾਕਟਰ ਲਾਖਾ MBBS ਦੀ ਪੜ੍ਹਾਈ ਕਰਨ ਉਪਰੰਤ MD ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਅਤੇ ਇਸ ਵੇਲੇ ਰਾਜਸਥਾਨੀ ਦੇ ਗੁਰੂ ਤੇਗ ਬਹਾਦਰ ਹਸਪਤਾਲ 'ਚ ਨੌਕਰੀ ਕਰ ਰਹੇ ਸਨ। ਪਿੰਡ 'ਚ ਮਾਹੌਲ ਉਸ ਵੇਲੇ ਭਾਵੁਕ ਹੋ ਗਿਆ ਅਤੇ ਪੂਰਾ ਪਿੰਡ ਭੁੱਬਾ ਮਾਰ ਮਾਰ ਰੋਇਆ ਜਦੋਂ ਤਿੰਨ ਭੈਣਾਂ ਨੇ ਆਪਣੇ ਇਕਲੌਤੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਸਿਵਿਆਂ 'ਚ ਪਹੁੰਚ ਕੇ ਅਗਨੀ ਦੇਣ ਦੀ ਰਸਮ ਹੌਸਲਾ ਕਰਕੇ ਨਿਭਾਈ। ਹੋਰ ਤਾਂ ਹੋਰ ਡਾਕਟਰ ਵਿਕਾਸ ਲਾਖਾ ਦੇ ਸੰਸਕਾਰ ਮੌਕੇ ਸੰਗਤ ਦਾ ਮਨੋ ਜਿਵੇਂ ਹੜ ਹੀ ਆ ਗਿਆ ਹੋਵੇ। ਇਸ ਮੌਕੇ ਸਿਵਿਆਂ 'ਚ ਮਾਹੌਲ ਉਸ ਵੇਲੇ ਭਾਵੁਕ ਹੋ ਗਿਆ ਜਦੋਂ ਭੈਣਾਂ ਸਾਹਮਣੇ ਲੋਕਾਂ ਨੇ ਆਪਣੇ ਪਿਆਰੇ ਸਾਥੀ ਡਾਕਟਰ ਵਿਕਾਸ ਲਾਖਾ ਦੀ ਚਿਖਾ ਅੱਗੇ ਖੜ ਕੇ ਗੀਤ ਗਾਏ। ਸਾਥੀਓ ਭੈਣੋ, ਕਿਉਂਕਿ ਇਹ ਮਾਹੌਲ ਬੜਾ ਗਮਗੀਨ ਹੈ, ਕਿਉਂਕਿ ਜ਼ਿਆਦਾ ਪਤਾ ਲੱਗਾ ਸਾਡੇ ਸਾਰੇ ਪਰਿਵਾਰ ਨੇ ਕਾਇਦਾ ਤੌਰ 'ਤੇ ਵੀ ਕੀ ਹੋ ਗਿਆ, ਕਿਉਂ ਹੋ ਗਿਆ। ਸੋ ਕਿਉਂਕਿ ਡਾਕਟਰ ਵਿੱਕੀ ਹੋਣਾ ਦੀ ਬਚਪਨ ਤੋਂ ਲੈ ਕੇ ਕਵਿਤਾ ਜਿਹੜੇ ਮਤਲਬ ਵੱਡੇ ਵੱਡੇ ਇਕੱਠਾਂ 'ਚ ਵੀ ਬੋਲਦੇ ਰਹੇ, ਕਈ ਵਾਰੀ ਮੈਂ ਤਾਂ ਉਹਨੇ ਇਕੱਠਿਆਂ ਨੇ ਵੀ ਬੋਲਣੀਆਂ ਕਵਿਤਾਵਾਂ ਇੱਦਾਂ, ਤਾਂ ਉਹਨਾਂ ਦੀ ਜਿਹੜੀ ਮਤਲਬ ਮੂੰਹੋਂ ਬੋਲੀ ਹੋਈ ਕਵਿਤਾ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਕਿਉਂ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾ ਦੇ ਰੂਪ ਦੇ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹੀ ਹੋ। ਸੋ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਆਪਣੇ ਅੱਖਾਂ ਦੇ ਰੋ ਨੂੰ ਹੰਝੂਆਂ 'ਚ ਨਾ ਪਾਇਓ, ਆਪਣੇ ਅੱਖਾਂ ਦੇ ਰੋ ਨੂੰ ਹੰਝੂਆਂ 'ਚ ਨਾ ਪਾਇਓ। ਸਾਡੀ ਕੀ ਜ਼ਿੰਦਗੀ ਸੀ ਬਸ ਗੂਰ ਸਰਿਕੜੇ ਦਾ, ਸਾਡੀ ਕੀ ਜ਼ਿੰਦਗੀ ਸੀ ਬਸ ਬੂਰ ਸਰਿਕੜੇ ਦਾ, ਆਹਾ ਦਸ ਇੱਕ ਕਾਫੀ ਲੰਬੂ ਬੇਸ਼ੱਕ ਨਾ ਲਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਦੀਵੇ ਨੂੰ ਅਮੈਰੀਕਾ ਦੀ ਪੌਣਾ ਦੇ ਬੁੱਲਿਆਂ ਤੇ, ਦੀਵੇ ਨੂੰ ਅਮੈਰੀਕਾ ਦੀ ਪੌਣਾ ਦੇ ਬੁੱਲਿਆਂ ਤੇ, ਮੇਰੀ ਮੜੀ ਦੇ ਚਾਨਣ ਦੇ ਜੇਰੇ ਨੂੰ ਆਜਮਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਆਪਣੇ ਅੱਖਾਂ ਦੇ ਰੋ ਨੂੰ ਹੰਝੂਆਂ 'ਚ ਨਾ ਬਹਾਇਓ। ਜ਼ਿੰਦਗੀ ਤੋਂ ਮੌਤ ਤਾਈਂ ਆਉਂਦੇ ਬੜੇ ਚ ਰਸਤੇ, ਜ਼ਿੰਦਗੀ ਤੋਂ ਮੌਤ ਤਾਈਂ ਆਉਂਦੇ ਬੜੇ ਚ ਰਸਤੇ, ਜਿਹੜਾ ਹੈ ਪੰਧ ਵਿਖੜਾ
अर्थी मेरी ले जायो गेड़ा है पंध बिखड़ा अर्थी मेरी ले जायो मेरी मौत ते न रोयो मेरी सोच नू बचायो बलगन च कैद होना मेरे नहीं मुआफक क्योंकि नफरता दी धार्मिकता दी ए बलगना आ ए डॉक्टर दी बिकी दी सोच सी बलगन च कैद होना मेरे नहीं मुआफक यारां दे वांग अर्थी सड़कां दे ही ले जायो यारां दे वांग अर्थी सड़कां दे ही ले जायो मेरी मौत ना रोयो मेरी सोच नू बचायो आखरी बंद है होना नहीं मैं चाहुंदा सड़के सुआई केरा क्योंकि एदी सोच ओ नौजवान दी जड़ी विचारधारा सी होना नहीं मैं चाहुंदा सड़के सुआई केरा जद जद टलेगा सूरज कण कण में राज लायो जद जद टलेगा सूरज कण कण में राज लायो मेरी मौत ना रोयो मेरी सोच नू बचायो अपने अखां दे रोनू हंजुआं च ना बहायो मेरी मौत ना रोयो मेरी सोच नू बचायो डॉक्टर बिक्की विज्ञान सोच जिंदाबाद 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 डॉक्टर बिक्की अमर रहे अमर रहे अमर रहे डॉक्टर बिक्की अमर रहे अमर रहे अमर रहे साथी तेरे कार्य दूरे लाके जिंदगी अकेले दूरे डॉक्टर बिक्की विज्ञान सोच जिंदाबाद 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 डॉक्टर बिक्की अमर रहे अमर रहे अमर रहे डॉक्टर बिक्की सदा लाल सलाम लाल सलाम लाल सलाम डॉक्टर बिक्की अमर रहे अमर रहे अमर रहे विज्ञानिक सोच जिंदाबाद 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 असि बहुत ही गमगीन माहौल दे विच अज साथी सुरिंदरपाल जई साहब दे अकलौते बेटे ने जिहड़े कि बहुत ही अजीब किस्म की घटना के विच साडे कोल विछड़ गए हैं उन्हां नूं श्रद्धांजलि भेंट करन वास्ते असीं इत्थे इकट्ठे होए हाँ अज दा दिन सब साडे सब वास्ते बहुत ही गमगीन दा दिन है बहुत ही दुख वाला दिन है साडियां अखां की लाली दसदी है असी सारे किले दुखी हाँ सारे रोए हाँ उदों तक रोए हाँ जो तक सू पता लगा किसी नहीं पता लगा उद तक रोए हाँ सलूट करना सलूट सलूट करना बब्बू फोटो ध्यान इधर रखो
हकीकत टीवी पंजाबी लई जलंधर तों दविंदर कुमार दी रिपोर्ट।